ਅਸੀਂ ਪਿੰਡਾਂ ਵਿੱਚ ਜਾ ਕੇ ਜਾਂ ਫਿਰ ਤਖਤਾਂ ਤੇ ਜਾ ਕੇ ਛਕਣਾ ਪੈਂਦਾ ਸੀ। ਹਰ ਇੱਕ ਨੂੰ ਇਕੱਲੇ ਇਕੱਲੇ ਪੰਜ ਪਿਆਰੇ ਜਿਵੇਂ ਅੱਜ ਕੱਲ੍ਹ ਆਪਾਂ ਬਣਾ ਲੈਂਦੇ ਨਾ, ਏਦਾਂ ਅਲਾਊਡ ਨਹੀਂ ਸੀ ਕਰਦੇ। ਜੇ ਕੋਈ ਆਪਣੇ ਆਪ ਅੰਮ੍ਰਿਤ ਛਕਾਵੇ, ਉਹਨੂੰ ਦਲ ਪੰਥ ਪੁੱਛਦਾ ਸੀ ਵੀ ਤੂੰ ਕਿੱਥੋਂ ਹੱਕ ਲਿਆ ਅੰਮ੍ਰਿਤ ਛਕਾਉਣ ਦਾ। ਅੱਜ ਜਿੰਨੇ ਵੱਖਰੇ ਵੱਖਰੇ ਬਣ ਗਏ ਨਾ, ਉਨੀਆਂ ਸਾਡੀਆਂ ਮਰਿਆਦਾ ਵੱਖਰੀਆਂ ਵੱਖਰੀਆਂ ਹੋ ਗਈਆਂ। ਆ ਜਿਹੜੇ ਸਾਡੇ ਕਈ ਭਰਾ ਕਹਿੰਦੇ ਨਾ ਵੀ ਦਸ ਦਸ ਅੰਮ੍ਰਿਤ ਹੋਏ ਫਿਰਦੇ ਨੇ, ਉਹ ਦਸ ਦਸ ਅੰਮ੍ਰਿਤ ਉਦੋਂ ਹੋਏ ਨੇ ਜਦੋਂ ਸਾਧ ਸੰਗਤ ਜੀ ਅਸੀਂ ਦਲ ਪੰਥ ਦੀ ਮਰਿਆਦਾ ਛੱਡ ਕੇ ਆਪਣੇ ਆਪਣੇ ਖਿਆਲਾਂ 'ਚ ਹੋ ਗਏ, ਜੋ ਆਪਣੀ ਆਪਣੀ ਮਤ ਕਰ ਲਈ, ਆਪਣੀ ਆਪਣੀ ਮਰਿਆਦਾ ਨਾਲ।